कि देखो ये बंदा जिहड़ा है ना ये सिख भेख दे अंदर भिखी बनिया, इहदा असल नाम हैगा मोहित मनचंदा। ये हुण अपने गाने गांदा बीच दे उत्ते अपनी जनानी नूं अद्धे नंगे कपड़े पा के ढुमके मारदा, ये अपने आप नूं किदां कह सकदा कि असीं इहदे नाल कोई ज़्यादती कर रहे हां। इस बंदे ने सोशली एक्सेप्ट किया, इन्हें इंटरव्यू विच भी किया पॉडकास्ट च कि हो सकता है मेरी इदां दी होर वीडियोस भी हो। ਕੁੱਲੜ ਬੀ ਦੇ ਨਾਮ ਤੋਂ ਥੋੜ੍ਹੀ ਬਹੁਤੀ ਇਹਦੀ ਜਿਹੜੀ ਚਰਚਾ ਹੋਣ ਲੱਗ ਗਈ, ਫਿਰ ਜਦੋਂ ਇਹਦੀ ਇਹ ਲਵ ਸਟੋਰੀ ਚਾਲੂ ਹੋਈ ਇਹਨੇ ਉਸ ਨੂੰ ਵੀ ਸੋਸ਼ਲ ਕੀਤਾ, ਕਦੀ ਇਹਦੀ ਪਤਨੀ ਛੱਡ ਕੇ ਚਲੀ ਗਈ, ਕਦੀ ਆ ਗਈ। ਸਤਿ ਸ਼੍ਰੀ ਅਕਾਲ, ਮੈਂ ਰਾਘਵ ਜੈਨ ਅਤੇ ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ। ਕਿ ਸਾਡੇ ਨਾਲ ਹਰਜਿੰਦਰ ਸਿੰਘ ਜੀ ਮੌਜੂਦ ਹੈ। ਸਰ, ਕੀ ਕਾਰਨ ਹੋ ਗਿਆ ਕਿ ਹੁਣ ਦੁਬਾਰਾ ਤੋਂ ਇੱਕ ਵਾਰੀ ਕੁੱਲੜ ਪੀਜ਼ਾ 'ਤੇ ਗੱਲ ਕਹਿਣੀ ਪੈ ਗਈ, ਕਿਉਂਕਿ ਪਹਿਲਾਂ ਚਲੋ ਇਹ ਚੀਜ਼ ਹੋਈ ਸੀ ਇਹਨਾਂ ਕੋਲ ਗਲਤੀ, ਪਰ ਹੁਣ ਇਹ ਵੀਡੀਓਜ਼ ਪਾ ਰਹੇ ਆ ਅਤੇ ਇਸ 'ਤੇ ਤੁਸੀਂ ਇਤਰਾਜ਼ ਦਿੱਤਾ? ਦਰਅਸਲ ਨਾ ਹੁਣ ਇਹ ਸਾਡੇ ਸ਼ਹਿਰ ਦਾ ਨਾ ਲੋਕਲ ਮਸਲਾ ਨਹੀਂ ਰਹਿ ਗਿਆ। ਅੱਜ ਤੋਂ ਕਰੀਬ ਸਾਲ ਪਹਿਲੇ ਜਿਹੜੀ ਘਟਨਾ ਹੋਈ ਸੀ ਨਾ, ਜਦੋਂ ਇਹਨਾਂ ਦੀ ਇੱਕ ਅਸ਼ਲੀਲ ਵੀਡੀਓ ਜਿਹੜੀ ਇਹਨਾਂ ਨੇ ਆਪ ਬਣਾਈ ਸੀਗੀ, ਉਹਦੇ ਵਾਇਰਲ ਹੋਣ ਤੋਂ ਬਾਅਦ ਜਦੋਂ ਇਹ ਬਹੁਤ ਜ਼ਿਆਦਾ ਚਰਚਾ 'ਚ ਹੋਏ, ਸਾਰਾ ਮਸਲਾ ਜਿਹੜਾ ਬਹੁਤ ਭੱਖ ਗਿਆ ਸੀਗਾ, ਉਸ ਵੇਲੇ ਨਾ ਜਿਹੜੇ ਸ਼ਹਿਰ ਦੇ ਸਿੱਖ ਆਗੂ ਸੀ ਨਾ, ਉਹਨਾਂ ਨੇ ਇਹਨਾਂ ਨੂੰ ਅਪਰੋਚ ਕੀਤਾ ਸੀਗਾ ਕਿ ਤੁਸੀਂ ਜਿਹੜਾ ਇਹ ਕੰਮ ਕੀਤਾ ਨਾ ਬਹੁਤ ਹੀ ਨਿੰਦਣਯੋਗ ਹੈ, ਸਾਡੇ ਸਾਰਿਆਂ ਦਾ ਉਹਦੇ ਨਾਲ ਸ਼ਰਮ ਨਾਲ ਸਿਰ ਚੁੱਕਦਾ ਆ, ਅਤੇ ਜੋ ਇਹ ਕੀਤਾ ਆ ਇਹਦੇ 'ਤੇ ਤੁਹਾਨੂੰ ਜਿਹੜੀ ਬਣਦੀ ਸਜ਼ਾ ਜਿਹੜੀ ਸਮਾਜਿਕ ਤੌਰ 'ਤੇ ਮਿਲਣੀ ਪੈਂਦੀ ਹੈ। ਕਾਨੂੰਨ ਦੇ ਦਰਵਾਜ਼ੇ 'ਤੇ ਵੀ ਅਸੀਂ ਗਏ, ਅਸੀਂ ਉਹਨਾਂ ਨੂੰ ਵੀ ਕੰਪਲੇਂਟਸ ਕੀਤੀਆਂ, ਫਿਰ ਇਹਨੇ ਜਿਹੜਾ ਉਹਦਾ ਆਧਾਰ ਬਣਾਇਆ ਉਹ ਇਹ ਬਣਾਇਆ ਕਿ ਜਿਹੜੀ ਇਹਦੇ ਕੋਲ ਲੜਕੀਆਂ ਕੰਮ ਕਰਦੀਆਂ ਸੀਗੀਆਂ ਉਹਨਾਂ ਲੜਕੀਆਂ ਦੇ ਉੱਤੇ ਇਹਨੇ ਲਾਇਆ ਕਿ ਉਹਨਾਂ ਕੋਲ ਕਿਸੇ ਤਰੀਕੇ ਵੀਡੀਓ ਪਹੁੰਚੀ ਅਤੇ ਉਹਨਾਂ ਨੇ ਇਹਨੂੰ ਸਰਕੂਲੇਟ ਕਰ ਦਿੱਤਾ, ਅੱਗੇ ਵਾਇਰਲ ਕਰ ਦਿੱਤਾ। ਗੱਲ ਇਹ ਤਫਤੀਸ਼ ਦਾ ਹੀ ਵਿਸ਼ਾ ਸੀਗਾ, ਮਗਰ ਇਸ ਚੀਜ਼ ਦੇ ਉੱਤੇ ਕੋਈ ਬਹੁਤੀ ਤਫਤੀਸ਼ ਸਾਹਮਣੇ ਨਾ ਆ ਸਕੀ, ਅਤੇ ਅਸੀਂ ਸਾਰਿਆਂ ਨੇ ਇਹ ਫੈਸਲਾ ਲਿਆ ਸੀਗਾ ਕਿ ਇਹਨੂੰ ਬਿਠਾ ਕੇ ਇਹਦੀ ਜਿਹੜੀ ਮਾਫ਼ੀ ਵੀ ਲੈਣੀ ਆ ਅਤੇ ਇਹਦੇ ਕੋਲੋਂ ਅੱਗੇ ਉਹਦੀ ਇਹ ਆਸ਼ਵਾਸਨ ਲੈਣਾ ਕਿ ਇਹ ਨਾ ਕੰਮ ਕਰੇ। ਇਹਨੇ ਸਾਨੂੰ ਉਸ ਵੇਲੇ ਸਾਰੇ ਜਿਹੜੇ ਵੀ ਮੌਤਬਾਰ ਬੰਦੇ ਸੀਗੇ ਉਹਨਾਂ ਸਾਰਿਆਂ ਨੂੰ ਇਹਨੇ ਵੀਡੀਓ ਬਣਾ ਕੇ ਵੀ ਆਸ਼ਵਾਸਨ ਦਵਾਇਆ ਕਿ ਮੈਂ ਇਹ ਜਿਹੜਾ ਕੁਛ ਹੋਇਆ ਇਹਦੇ 'ਚ ਮੈਨੂੰ ਮਾਫ਼ ਕੀਤਾ ਜਾਵੇ, ਮੇਰੇ ਪਰਿਵਾਰ ਦੇ ਵਿੱਚ ਇਸ ਵੇਲੇ ਇੱਦਾਂ ਦਾ ਮਾਹੌਲ ਨਹੀਂ ਹੈਗਾ, ਸਾਰੇ ਸਦਮੇ 'ਚ ਨੇ, ਕੋਈ ਵੱਡੀ ਘਟਨਾ ਹੋ ਸਕਦੀ ਆ। ਉਹਦੀ ਉਸ ਵੇਲੇ ਪਤਨੀ ਗਰਭਵਤੀ ਸੀਗੀ, ਉਹਦਾ ਬੱਚਾ ਹੋਣ ਵਾਲਾ ਸੀਗਾ, ਉਹਨੇ ਉਹਦੇ ਵਾਸਤੇ ਵੀ ਪਾਏ ਅਤੇ ਸਾਰਾ ਕੁਛ ਦੇਖਦੇ ਹੋਏ, ਕਿਉਂਕਿ ਗੱਲ ਕਦੋਂ ਦੀ ਉੱਦਾਂ ਹੈ ਜਦੋਂ ਵੀਡੀਓ ਵਾਇਰਲ ਹੋ ਤੋਂ ਕਿੰਨੇ ਸਮੇਂ ਬਾਅਦ ਦੀ ਗੱਲ? ਜਦੋਂ ਵੀਡੀਓ ਵਾਇਰਲ ਹੋਈ ਤੁਰੰਤ ਉਸ ਤੋਂ ਬਾਅਦ ਦੀ ਗੱਲ, ਉਸ ਵੇਲੇ ਇਹਦੇ ਘਰ ਜਿਹੜਾ ਇਹਦਾ ਨਵਾਂ ਜਿਹੜਾ ਬੱਚਾ ਬੇਬੀ ਹੈ ਉਹ ਨਹੀਂ ਆਇਆ ਸੀਗਾ, ਅਤੇ ਇਹਨੇ ਉਸ ਚੀਜ਼ ਦੇ ਵਾਸਤੇ ਬਹੁਤ ਪਾਏ। ਵਾਸਤੇ ਪਾਉਣ ਤੋਂ ਬਾਅਦ ਜੀ ਲੋਕ, ਕਿਉਂਕਿ ਸਾਡੇ ਸਿੱਖਾਂ ਦੇ ਵਿੱਚ ਨਾ ਇੱਕ ਦਇਆ ਭਾਵਨਾ ਵੀ ਬਹੁਤ ਜ਼ਰੂਰੀ ਹੁੰਦੀ ਹੈ, ਅਸੀਂ ਆਮ ਤੌਰ ਦੇ ਉੱਤੇ ਦਇਆ ਰੱਖਦੇ ਹਾਂ, ਲੱਗਾ ਕਿ ਇਸ ਚੀਜ਼ ਵਾਰੀ ਇਹਨੂੰ ਇੱਕ ਵਾਰੀ ਮਾਫ਼ ਕਰ ਵੀ ਦਈਏ ਅਤੇ ਕੋਈ ਏਡੀ ਵੱਡੀ ਗੱਲ ਨਹੀਂ ਹੈ, ਜੇ ਇਸ ਚੀਜ਼ ਤੋਂ ਇਹ ਸਬਕ ਲੈ ਕੇ ਬੰਦਾ ਬਣ ਜਾਂਦਾ ਤਾਂ ਇਹਨੂੰ ਇਸ ਚੀਜ਼ ਲਈ ਮਾਫ਼ ਕਰ ਦੇਣਾ ਚਾਹੀਦਾ। ਇਹਨੇ ਸਾਰਾ ਕੁਛ ਕਰਨ ਤੋਂ ਬਾਅਦ ਜਦੋਂ ਕੁਛ ਮਹੀਨੇ ਹੀ ਹੋਏ ਤਾਂ ਇਹਨੇ ਇਸ ਚੀਜ਼ ਦੇ ਉੱਤੇ ਫਿਰ ਦੁਬਾਰਾ ਤੋਂ ਜਿੱਦਾਂ ਸੋਸ਼ਲ ਮੀਡੀਆ 'ਤੇ ਐਕਟਿਵ ਹੋ ਗਿਆ। ਦੇਖੋ, ਸਾਨੂੰ ਇਹ ਨਹੀਂ ਹੈਗਾ ਕਿ ਸੋਸ਼ਲ ਮੀਡੀਆ ਦੇ ਉੱਤੇ ਬੰਦੇ ਜਾਂਦੇ ਆ ਕੁਛ ਕਰਦੇ ਆ, ਸਾਨੂੰ ਉਹਨਾਂ ਚੀਜ਼ਾਂ 'ਤੇ ਐਗਜੈਕਟ ਉਹੀ ਗੱਲ ਨੂੰ ਲੈ ਕੇ ਇਤਰਾਜ਼ ਨਹੀਂ ਹੈਗਾ। ਇਤਰਾਜ਼ ਕੀ ਹੈ? ਇੱਕ ਬੰਦੇ ਅੰਦਰ ਸ਼ਰਮ ਗੈਰਤ ਨਾਮ ਦੀ ਕੋਈ ਚੀਜ਼ ਹੁੰਦੀ ਹੈ, ਜਦੋਂ ਉਹਦੇ ਨਾਲ ਇੰਨਾ ਵੱਡਾ ਕੋਈ ਕੰਮ ਹੋ ਜਾਵੇ, ਇੰਨੀ ਵੱਡੀ ਘਟਨਾ ਹੋ ਜਾਵੇ, ਉਸ ਤੋਂ ਬਾਅਦ ਕੁਦਰਤੀ ਹੋ ਜਾਂਦਾ ਹੈ ਕਿ ਉਹ ਬੰਦਾ ਇਸ ਚੀਜ਼ ਤੋਂ ਦੂਰ ਹੋ ਜਾਂਦਾ। ਇਹਨੇ ਕਿਹਾ ਵੀ ਕਿ ਮੈਂ ਹੁਣ ਇਹਨਾਂ ਚੀਜ਼ਾਂ ਤੋਂ ਫੇਮ ਨਹੀਂ ਚਾਹੁੰਦਾ, ਮੇਰੇ ਲਈ ਬਹੁਤ ਵੱਡੀ ਮਤਲਬ ਜਿਹੜੀ ਮੇਰਾ ਪਰਿਵਾਰ ਮੇਰੇ ਲਈ ਬਹੁਤ ਜ਼ਰੂਰੀ ਆ, ਸਭ ਨਾਟਕ ਕੀਤਾ ਇਹਨੇ। ਉਸ ਚੀਜ਼ ਦਾ ਫਿਰ ਅਸੀਂ ਪਿਛੋਕੜ ਲੱਭਦੇ ਇਹਨੂੰ, ਅੱਜ ਸਾਨੂੰ ਤਕਰੀਬਨ ਸਾਲ ਹੋ ਗਿਆ, ਅਸੀਂ ਸਾਰੀ ਗੱਲ ਦਾ ਪਿਛੋਕੜ ਜਦੋਂ ਲੱਭ ਲਿਆ ਕਿ ਇਹ ਬੰਦਾ ਕਿਉਂ ਇੱਦਾਂ ਕਰਦਾ ਹੈ, ਇਹਦੀ ਪ੍ਰੋਬਲਮ ਕੀ ਆ, ਫਿਰ ਅਸੀਂ ਇਹਦੇ ਉੱਥੇ ਜਾ ਕੇ ਇਹਨੂੰ ਦੁਬਾਰਾ ਮਿਲਣ ਦੀ ਕੋਸ਼ਿਸ਼ ਕੀਤੀ। ਇਹ ਇੱਦਾਂ ਨਹੀਂ ਆ ਕਿ ਆਪਾਂ ਕੋਈ ਇਸ਼ੂ ਕ੍ਰੀਏਟ ਜਿਹੜਾ ਨਹੀਂ ਸੀਗਾ ਮਾਰਕੀਟ ਦੇ ਅੰਦਰ ਉਹਨੂੰ ਕ੍ਰੀਏਟ ਕਰ ਦਿੱਤਾ, ਕਿਉਂਕਿ ਕੁਛ ਇੱਦਾਂ ਦੇ ਬੰਦੇ ਵੀ ਨੇ ਜਿਹੜੇ ਉਹਦੇ ਪੱਖ 'ਚ ਗੱਲ ਰੱਖ ਵੀ ਰਹੇ ਨੇ ਕਿ ਹੁਣ ਤਾਂ ਉਹਨੇ ਇੱਦਾਂ ਦਾ ਕੁਛ ਉਹਦਾ ਵਾਇਰਲ ਵੀਡੀਓ ਨਹੀਂ ਆਇਆ। ਗੱਲ ਇਹ ਸੀਗੀ ਕਿ ਇਸ ਬੰਦੇ ਨੇ ਸੋਸ਼ਲੀ ਐਕਸੈਪਟ ਕੀਤਾ, ਇਹਨੇ ਇੰਟਰਵਿਊ ਵਿੱਚ ਵੀ ਕਿਹਾ ਪੋਡਕਾਸਟ 'ਚ ਕਿ ਹੋ ਸਕਦਾ ਮੇਰੀਆਂ ਇੱਦਾਂ ਦੀਆਂ ਹੋਰ ਵੀਡੀਓਜ਼ ਵੀ ਹੋਣ। ਜਦ ਇਸ ਬੰਦੇ ਨੇ ਇੱਦਾਂ ਦੇ ਕੰਮ ਕੀਤੇ ਆ, ਠੀਕ ਹੈ ਨਾ, ਜਾਂ ਤਾਂ ਇਹ ਨਾ ਕਿ ਕੋਈ ਚੀਜ਼ ਗਲਤੀ ਨਾਲ ਕ੍ਰੀਏਟ ਹੋ ਜਾਂਦੀ ਆ, ਇਸ ਬੰਦੇ ਨੇ ਉਸਦੇ ਵਿੱਚ ਜਿਹੜੇ ਡਾਇਲੋਗਸ ਯੂਜ਼ ਕੀਤੇ ਆ ਤੁਸੀਂ ਦੇਖ ਸਕਦੇ ਹੋ, ਸੁਣਾ ਨਹੀਂ ਸਕਦੇ ਤੁਸੀਂ ਕਿਸੇ ਨੂੰ। ਦੇਖੋ, ਮੈਂ ਕਹੂੰਗਾ ਕਿ ਬਹੁਤ ਸ਼ਰਮਨਾਕ ਚੀਜ਼ ਸੀਗੀ ਉਹ,
फिर भी इस बंदे दे अंदर कोई गैरत या शर्मनाम की चीज ना होने करके हुण सानू लगा कि इहदा जिहड़ा सारा चैक किया जाए रिकॉर्ड की है। रिकॉर्ड विच इह सामने आया कि देखो ये बंदा जिहड़ा है ना ये सिख भेख दे अंदर भिखी बनिया। इहदा असल नाम हैगा मोहित मनचंदा, इहदी सिस्टर का नाम हैगा रूही मनचंदा। ते इस बंदे ने की किया, ये पटियाले शहर का रहने वाला सीगा, उत्थों दी इस बंदे ने इन्हां नूं इन्हां दे कोई विवाद रहे उस जगह दे नाल, तां इह उत्थों दी भेख बदल के इत्थे आए। इत्थे इन्हां ने भेख बदलिया, भेख भी इदां दा बदलिया इन्हां सिखां दी जिहड़ी सब तों सर्वोच्च आइडेंटिटी आ दुमाले नूं जिहनूं असीं निहंग सिंघां दा बाणा कहिंदे आ, उस बाणे दे नाल इन्हां ने जलंधर शहर विच जिहड़ा अपने आप नूं हौली हौली जिहड़ा मशहूर करना शुरू किया। इहदी सिस्टर भी ते आप भी दोनों दस्तार बंदे सी, इहदी मदर भी बंदे सीगे, जदकि इह सिख परिवारां चों नहीं सीगे। चलो असीं कहिंदे आ कि किसी अंदर आस्था दे करके सिखी जाग सकदी है, सिख इदां दा धर्म है जिहदे अंदर विश्वास बन जांदा बंदे दा, श्रद्धा बन जांदी है तां सिख बन सकदा। आ सानूं उस चीज़ ते इतराज़ नहीं सीगा, मगर जदों इहदे माड़े मनसूबे सामने आउण लगे फिर सानूं उहनां चीज़ां ते इतराज़ होण लग गया। हौली हौली की होया, इसने जदों इहदा विआह नहीं होया सीगा, इसने अपनी सिस्टर दी इक आई डी बनाई हुई सीगी जिहदे अंदर उहदी सिस्टर दी दुमाले दे नाल तस्वीरां होंदियां सीगियां। ਉਹਨਾਂ ਸਿਸਟਰ ਦੇ ਅਕਾਊਂਟ ਤੋਂ, ਆਪਣੀ ਭੈਣ ਦੇ ਅਕਾਊਂਟ ਤੋਂ ਇਹ ਲੋਕਾਂ ਨਾਲ ਚੈਟ ਕਰਕੇ ਉਹਨਾਂ ਕੋਲੋਂ ਮਤਲਬ ਕਈ ਤਰ੍ਹਾਂ ਦੀ ਮਦਦ ਲੈਂਦਾ ਸੀਗਾ। ਜਿਹੜੀ ਇਹਦੀ ਇਸ ਚੀਜ਼ ਦੀ ਆਦਤ ਹੈ ਨਾ ਬੜੀ ਪੁਰਾਣੀ ਹੈ। ਫਿਰ ਇਹਨੂੰ ਇਹ ਕੁੱਲੜ ਬੀ ਦਾ ਟੋਪਿਕ ਮਿਲ ਗਿਆ, ਕੁੱਲੜ ਬੀ ਦੇ ਨਾਮ ਤੋਂ ਥੋੜ੍ਹੀ ਬਹੁਤੀ ਇਹਦੀ ਜਿਹੜੀ ਚਰਚਾ ਹੋਣ ਲੱਗ ਗਈ। ਫਿਰ ਜਦੋਂ ਇਹਦੀ ਇਹ ਲਵ ਸਟੋਰੀ ਚਾਲੂ ਹੋਈ, ਇਹਨੇ ਉਸ ਨੂੰ ਵੀ ਸੋਸ਼ਲ ਕੀਤਾ, ਕਦੀ ਇਹਦੀ ਪਤਨੀ ਛੱਡ ਕੇ ਚਲੀ ਗਈ, ਕਦੀ ਆ ਗਈ, ਇਸ ਚੀਜ਼ ਦਾ ਇਹਨੇ ਨਾ ਸੋਸ਼ਲੀ ਮਤਲਬ ਪੂਰਾ ਜਿਹੜਾ ਕੁਛ ਕਿਸੇ ਦਾ ਕੋਈ ਪਰਸਨਲ ਹੁੰਦਾ ਨਾ ਉਹ ਵੀ ਇਹਦਾ ਸੋਸ਼ਲ ਹੈਗਾ, ਮਤਲਬ ਸਭ ਕੁਛ ਦੁਨੀਆ ਦੇ ਮੋਹਰੇ ਨੰਗਾ ਚਿੱਟਾ ਰੱਖ ਦਿੰਦਾ, ਈਵਨ ਇਹਦੀਆਂ ਬੈਡਰੂਮ ਦੀਆਂ ਚੀਜ਼ਾਂ ਵੀ ਨੰਗੀ ਚਿੱਟੀਆਂ ਹੋ ਕੇ ਸਾਹਮਣੇ ਆ ਗਈਆਂ। ਜਿਹੜਾ ਬੰਦਾ ਹਰ ਚੀਜ਼ ਦੇ ਉੱਤੇ ਦੁਨੀਆ ਦੇ ਵਿੱਚ ਵਿਵਾਦ ਖੜਾ ਕਰਦਾ ਉਹਦੇ ਹਰ ਚੀਜ਼ ਦੇ ਪਿੱਛੇ ਕੋਈ ਨਾ ਕੋਈ ਗਲਤ ਮਨਸੂਬੇ ਆ। ਸਾਡਾ ਸਿੱਖਾਂ ਦਾ ਲਾਜ਼ਮੀ ਬਣ ਜਾਂਦਾ ਹਰ ਚੀਜ਼ ਨੂੰ ਜਾਂਚਣਾ, ਇਹ ਤਫਤੀਸ਼ ਦਾ ਹਿੱਸਾ ਸੀ। ਅਸੀਂ ਆਪਣੇ ਤੌਰ 'ਤੇ ਸਾਰੀ ਜਾਂਚ ਕੀਤੀ ਹੈ, ਜੋ ਮੈਂ ਚੀਜ਼ਾਂ ਕਹਿ ਰਿਹਾ ਮੈਂ ਬਕਾਇਦਾ ਆਪਣੇ ਇਹਨਾਂ ਚੀਜ਼ਾਂ ਨੂੰ ਮੈਂ ਬਿਆਨ ਮੰਨ ਕੇ ਕਹਿੰਦਾ ਹਾਂ। ਤੁਸੀਂ ਇਸ ਬੰਦੇ ਨੂੰ ਪੁੱਛ ਸਕਦੇ ਹੋ ਕਿ ਜਿਹੜੀਆਂ ਮੈਂ ਚੀਜ਼ਾਂ ਕਹੀਆਂ ਨੇ ਕਿ ਇਹ ਸਿੱਖ ਰਿਲੀਜਨ ਤੋਂ ਨਹੀਂ ਹੈਗਾ, ਜਿਹੜਾ ਮੈਂ ਇਹਦਾ ਅਸਲੀ ਨਾਮ ਦੱਸਿਆ ਮੋਹਿਤ ਮਨਚੰਦਾ, ਕਿ ਉਹ ਗਲਤ ਹੈ, ਤੁਸੀਂ ਇਹਨੂੰ ਪੁੱਛ ਸਕਦੇ ਹਾਂ। ਉਸ ਤੋਂ ਬਾਅਦ ਜਿਹੜੀ ਇਹਨੇ ਵੀਡੀਓ ਵਾਇਰਲ ਕੀਤੀ, ਆਪਣੀ ਅਸ਼ਲੀਲ ਵੀਡੀਓ ਵਾਇਰਲ ਕੀਤੀ, ਉਹਦੇ 'ਚ ਜਿਹੜੀ ਕੁੜੀਆਂ ਜੇਲ੍ਹਾਂ 'ਚ ਗਈਆਂ, ਕਿ ਉਹਨਾਂ ਪਰਿਵਾਰਾਂ ਦੇ ਬਾਰੇ ਕੋਈ ਜਾਣਦਾ ਕਿ ਉਹਨਾਂ ਦੇ ਕੀ ਬਣਿਆ ਮੁੜ ਕੇ, ਕੀ ਸਾਰ ਆ ਉਹਨਾਂ ਦੀ। ਇਸ ਬੰਦੇ ਦੇ ਉੱਤੇ ਕੋਈ ਨਹੀਂ ਬੀਤੀ, ਇਹ ਹੁਣ ਆਪਣੇ ਗਾਣੇ ਗਾਉਂਦਾ ਬੀਚ ਦੇ ਉੱਤੇ ਆਪਣੀ ਜਨਾਨੀ ਨੂੰ ਅੱਧੇ ਨੰਗੇ ਕੱਪੜੇ ਪਾ ਕੇ ਢੁਮਕੇ ਮਾਰਦਾ, ਇਹ ਆਪਣੇ ਆਪ ਨੂੰ ਕਿੱਦਾਂ ਕਹਿ ਸਕਦਾ ਕਿ ਅਸੀਂ ਇਹਦੇ ਨਾਲ ਕੋਈ ਜ਼ਿਆਦਤੀ ਕਰ ਰਹੇ ਹਾਂ। ਜ਼ਿਆਦਤੀ ਤਾਂ ਇਹਨੇ ਸਾਡੇ ਨਾਲ ਕੀਤੀ, ਸਾਡੀਆਂ ਭਾਵਨਾਵਾਂ ਨੂੰ ਇਹਨੇ ਉਸ ਵੇਲੇ ਮਤਲਬ ਛਿੱਕੇ ਟੰਗ ਕੇ ਸਾਨੂੰ ਮਜਬੂਰ ਕੀਤਾ ਕਿ ਅਸੀਂ ਪਤਾ ਨਹੀਂ ਕੋਈ ਇੱਦਾਂ ਦਾ ਗੁਨਾਹ ਨਾ ਕਰ ਦਈਏ, ਕਿਸੇ ਮਜ਼ਲੂਮ ਨਾਲ ਨਾ ਕੋਈ ਧੱਕਾ ਹੋ ਜਾਵੇ। ਅਸੀਂ ਸ਼ਾਂਤੀ ਰੱਖੀ, ਅਸੀਂ ਕਾਨੂੰਨੀ ਕਾਰਵਾਈ ਵੀ ਉਸ ਤਰੀਕੇ ਨਾਲ ਨਹੀਂ ਨਿਭਾ ਸਕੇ ਉਸ ਵੇਲੇ, ਕਿਉਂਕਿ ਸਾਨੂੰ ਲੱਗਾ ਕਿ ਸ਼ਾਇਦ ਉਸ ਦਾ ਸੱਚੀ ਮਜਬੂਰ ਹੋਵੇ। ਪਰ ਜਦੋਂ ਅਸੀਂ ਉਹਨਾਂ ਚੀਜ਼ਾਂ ਦੀ ਤਫਤੀਸ਼ ਕੀਤੀ ਤੇ ਸਰਾਸਰ ਦੋਸ਼ੀ ਨਿਕਲਿਆ। ਇਹ ਸਭ ਕੁਝ ਇਹਦੀ ਪਲੈਨਿੰਗ ਦਾ ਪਾਰਟ ਸੀਗਾ। ਇਹ ਬੰਦਾ ਜਿਹੜਾ ਹੈ ਸੋਸ਼ਲ ਮੀਡੀਆ ਦੇ ਆਧਾਰ ਦੇ ਉੱਤੇ ਕਈ ਕੁਛ ਨਵਾਂ ਕਰਨ ਵਾਲਾ ਸੀਗਾ, ਸਾਨੂੰ ਪਤਾ ਲੱਗ ਗਿਆ। ਅਸੀਂ ਇਹਨੂੰ ਰੋਕਣਾ ਚਾਹੁੰਦੇ ਹਾਂ, ਅਸੀਂ ਇਸ ਕਰਕੇ 4 ਨੰਬਰ ਥਾਣੇ ਕੱਲ੍ਹ ਕੰਪਲੇਂਟ ਦੇ ਦਿੱਤੀ ਹੈ। ਕੰਪਲੇਂਟ ਕੀ ਦਿੱਤੀ ਵੇ ਤੁਸੀਂ? ਅਸੀਂ ਇਹੀ ਕੰਪਲੇਂਟ ਦਿੱਤੀ ਹੈ ਕਿ ਇਸ ਬੰਦੇ ਨੇ ਲੱਚਰਤਾ ਫੈਲਾਈ ਹੈ, ਸੋਸ਼ਲ ਮੀਡੀਆ ਦੇ ਉੱਤੇ ਇਹਦੀਆਂ ਗੰਦੀਆਂ ਵਾਇਰਲ ਵੀਡੀਓਜ਼ ਆਈਆਂ ਨੇ, ਉਸ ਦੇ ਬਾਵਜੂਦ ਵੀ ਇਹ ਵਾਇਰਲ ਵੀਡੀਓ ਜਿਹੜੀਆਂ ਹੋਰ ਨਵੇਂ ਅਕਾਊਂਟਸ ਤੋਂ ਬਣਾ ਕੇ ਪਾ ਸਕਦਾ, ਤੇ ਜਿਹੜੀਆਂ ਇਹਨੇ ਅੱਜ ਕੱਲ੍ਹ ਆਪਣੇ ਜੁੜੀਆਂ ਜਿਹੜੀਆਂ ਇਹ ਕਰਦਾ ਗਾਣੇ ਗਾਉਂਦਾ ਆ, ਇਹਨੇ ਇੱਕ ਗਾਣੇ ਦੇ ਵਿੱਚ ਨਾ ਗਾਲ ਕੱਢ ਕੇ ਇੱਕ ਗਾਣਾ ਬਣਿਆ ਹੋਇਆ, ਮੈਂ ਹੁਣ ਤੁਹਾਨੂੰ ਅਗਰ ਸੁਣਾਊਂਗਾ ਤਾਂ ਤੁਹਾਨੂੰ ਉੱਥੇ ਬੀਪ ਲਗਾਉਣੀ ਪੈਣੀ ਹੈ। ਇਹਨੇ ਗਾਲ ਕੱਢ ਕੇ ਉਹ ਗਾਣੇ ਦੇ ਮਗਰ ਕਿਹਾ ਕਿ ਦੁਨੀਆ ਤਾਂ ਮਤਲਬ ਗਾਲ ਕੱਢ ਕੇ ਦੁਨੀਆ ਆ ਹੈਗੀ ਆ, ਜਦੋਂ ਸਾਡੀ ਮਤਲਬ ਸਾਰੀ ਦੁਨੀਆ ਦੀ ਕੀਤੀ ਕਰਾਈ ਨੂੰ ਇਹ ਗਾਲਾਂ ਕੱਢ ਕੇ ਮਤਲਬ ਸੰਬੋਧਨ ਹੁੰਦਾ, ਮਤਲਬ ਸਾਡੇ ਤਾਂ ਕੀ ਬੀਤਦੀ ਹੋਊਗੀ, ਅਸੀਂ ਤੇਰੇ ਬੱਚੇ ਦੇ ਵਾਸਤੇ ਕਰਕੇ ਇਹਨੂੰ ਛੱਡ ਦਿੱਤਾ ਉਸ ਵੇਲੇ। ਪਰ ਉਸ ਵੇਲੇ ਇਹ ਗੱਲ ਕਹੀ ਜਾ ਰਹੀ ਸੀ ਕਿ ਉਹ ਕਹਿੰਦੇ ਕਿ ਇਹ ਸੋਸ਼ਲ ਮੀਡੀਆ ਤੇ ਇੱਕ ਆਡੀਓ ਪਿਆ ਹੋਇਆ, ਬਹੁਤ ਸਾਰੇ ਲੋਕਾਂ ਨੇ ਇਸਤੇਮਾਲ ਕੀਤਾ, ਉਹਦੇ ਵਿੱਚ ਅਸੀਂ ਵੀ ਯੂਜ਼ ਕੀਤਾ ਹੈਗਾ, ਅਸੀਂ ਨਾ ਕੋਈ ਪਰਸਨਲ ਆਡੀਓ ਬਣਾਇਆ ਹੈਗਾ, ਨਾ ਹੀ ਕਿਸੇ ਪਰਸਨਲ ਕਿਸੇ ਵਿਅਕਤੀ ਬਾਰੇ ਇਹ ਸ਼ਬਦ ਸੀ ਸਾਡੇ। ਠੀਕ ਹੋ ਗਿਆ ਤੁਹਾਡੀ ਗੱਲ, ਇਸ ਤੋਂ ਜਸਟੀਫਿਕੇਸ਼ਨ ਇਹ ਹੁੰਦੀ ਹੈ ਕਿ ਉਸ ਬੰਦੇ ਨੇ ਉਸ ਗਾਣੇ ਨੂੰ ਚੁਣ ਕੇ ਇੱਕ ਵੀਡੀਓ ਕ੍ਰੀਏਟ ਕੀਤਾ, ਠੀਕ ਹੈ, ਮਗਰ ਕੀ ਇੱਕ ਬੰਦੇ ਨੂੰ ਜਿਹੜਾ ਸਮਾਜ ਵਿੱਚ ਰੋਲ ਹੀ ਲੋਕਾਂ ਦੇ ਲਈ ਹੈਗਾ ਕਿ ਉਹ ਸਿੱਖ ਹੈਗਾ, ਸਿੱਖ ਬੰਦਾ ਕਦੀ ਵੀ ਕਿਸੇ ਨੂੰ ਮਾੜਾ ਨਹੀਂ ਬੋਲਦਾ, ਸਿੱਖ ਬੰਦਾ ਕਦੀ ਵੀ ਕਿਸੇ ਦਾ ਮਾੜਾ ਨਹੀਂ ਕਰਦਾ, ਸਿੱਖ ਬੰਦਾ ਕਦੀ ਵੀ ਇੱਦਾਂ ਦੇ ਲੱਚਰਤਾ ਦੇ ਵਿੱਚ ਉਹਨਾਂ ਦੀ ਮਤਲਬ ਢਾਲ ਨਹੀਂ ਬਣਦਾ ਕਿ ਉਹ ਲੱਚਰਤਾ ਨੂੰ ਬੜਾਵੇ, ਇਹ ਸਾਰਾ ਕੁਛ ਉਹ ਪੱਗ ਬਣ ਕੇ ਕਰੀ ਜਾਵੇ। ਤੇ ਕੀ ਅਸੀਂ ਇੱਦਾਂ ਦਾ ਕੋਈ ਕਸੂਰ ਕੀਤਾ ਆ ਕਿ ਉਸ ਬੰਦੇ ਨੂੰ ਅਸੀਂ ਨਾ ਰੋਕੀਏ, ਜਾਂ ਸਿਰਫ ਅਸੀਂ ਉਹਨੂੰ ਰੋਕ ਰਹੀਏ ਹੋਈਏ ਬਾਕੀਆਂ ਨੂੰ ਨਾ ਰੋਕਦੇ ਹੋਈਏ? ਐਸਾ ਕੋਈ ਸ਼ਖਸ ਨਹੀਂ ਹੈ
ਜਿਹਦੀ ਕੋਈ ਸਾਨੂੰ ਸਿੱਖਾਂ ਦੇ ਪ੍ਰਤੀ ਕੰਪਲੇਂਟ ਹੋਵੇ ਤੇ ਅਸੀਂ ਉਸ ਬੰਦੇ ਨੂੰ ਨਾ ਟੋਕਿਆ ਹੋਵੇ ਜਾਂ ਨਾ ਰੋਕਣ ਦੀ ਕੋਸ਼ਿਸ਼ ਕੀਤੀ ਹੋਵੇ, ਅਸੀਂ ਕਿ ਉਹਨੂੰ ਮਾਰ ਕੇ ਤੇ ਆਏ ਨਹੀਂ ਜਾਂ ਅਸੀਂ ਇਹਨੂੰ ਇਦਾਂ ਦਾ ਕੀਤਾ ਨਹੀਂ ਜਿਹੜਾ ਅਸੀਂ ਕਿਸੇ ਹੋਰ ਨਾਲ ਕਰਦੇ ਹਾਂ ਇਹਦੇ ਨਾਲ ਨਹੀਂ ਕਰ ਰਹੇ, ਬਿਲਕੁਲ ਕੋਈ ਪਾਰਸ਼ੀਅਲਟੀ ਨਹੀਂ ਹੈਗੀ ਆ। ਅਸੀਂ ਕਾਨੂੰਨੀ ਤੌਰ ਦੇ ਉੱਤੇ ਇਹਦੇ ਚਾਹੁੰਦੇ ਹਾਂ ਕਿ ਜਿਹੜੀਆਂ ਧਾਰਾਵਾਂ ਲੱਗਦੀਆਂ ਨੇ ਇਹਦੇ 'ਤੇ ਪਰਚਾ ਆਉਣਾ ਚਾਹੀਦਾ ਤਾਂ ਕਿ ਇਸ ਚੀਜ਼ 'ਤੇ ਰੋਕ ਲੱਗੇ। ਸੋਸ਼ਲ ਮੀਡੀਆ ਦੇ ਉੱਤੇ ਫਿਲਹਾਲ ਕੋਈ ਇਦਾਂ ਦਾ ਕੰਟਰੋਲ ਨਹੀਂ ਹੈ, ਕੋਈ ਇਦਾਂ ਦਾ ਸੈਂਸਰ ਨਹੀਂ ਹੈ ਕਿ ਤੁਸੀਂ ਜੋ ਮਰਜ਼ੀ ਪਾ ਦਿਓ ਉਹਨੂੰ ਰੋਕ ਸਕੀਏ। ਪਰ ਜਿਹੜਾ ਕੰਟੈਂਟ ਇਹ ਹੁਣ ਪਾ ਰਹੇ ਆ, ਜੋ ਮੌਜੂਦਾ ਕੰਟੈਂਟ ਦੀ ਅਸੀਂ ਗੱਲ ਕਰ ਰਹੇ ਹਾਂ, ਪਿਛਲਾ ਜੋ ਹੋ ਗਿਆ ਉਹਨੂੰ ਛੱਡ ਕੇ ਅਗਰ ਅੱਜ ਦੀ ਕੰਟੈਂਟ ਦੀ ਗੱਲ ਕਰੀਏ, ਪਰ ਇਹ ਕੰਟੈਂਟ ਬਹੁਤ ਸਾਰੇ ਮੈਂ ਕਹੂੰਗਾ ਜਿਹਨਾਂ ਜਿਹਨਾਂ ਦਸਤਾਰ ਮੰਨੀ ਹੋਈ ਹੈ ਉਹ ਵੀ ਇਹ ਚੀਜ਼ ਪਾ ਰਹੇ ਹੈਗੇ, ਚਾਹੇ ਉਹ ਗਾਣਿਆਂ ਦੀ ਵੀਡੀਓ, ਕਿਉਂਕਿ ਤੁਸੀਂ ਦੇਖ ਰਹੇ ਹੋ ਸੋਸ਼ਲ ਮੀਡੀਆ ਇੱਕ ਅਜਿਹੀ ਚੀਜ਼ ਹੋ ਕਿ ਸਵੇਰੇ ਕੋਈ ਉੱਠਦਾ ਪਿਆ ਉਹ ਵੀ ਵੀਡੀਓ ਬਣਾਉਂਦਾ ਪਿਆ, ਰਾਤ ਨੂੰ ਸੌਣ ਲੱਗਾ ਉਹ ਵੀ ਵੀਡੀਓ ਬਣਾ ਰਿਹਾ, ਮਤਲਬ ਵਲੌਗਿੰਗ ਨਾਮ ਦਿੱਤਾ ਹੈ ਉਹ ਤਾਂ ਸਾਰਾ ਕੁਝ ਚੱਲਦਾ ਹੈਗਾ। ਜੀ ਜੀ ਬਿਲਕੁਲ, ਦੇਖੋ ਲੋਕ ਕਰਦੇ ਨੇ, ਜਿਹੜੇ ਵੀ ਕਰਦੇ ਨੇ ਅਸੀਂ ਕਿਸੇ ਨੂੰ ਬਰੀ ਨਹੀਂ ਕਰ ਰਹੇ ਹਾਂ ਕਿ ਜਿਹੜੇ ਕਰਦੇ ਨੇ ਉਹ ਕਰੀ ਜਾਣ, ਇਹਨੂੰ ਨਹੀਂ ਕਰਨ ਦੇਣਾ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਸਾਡੇ ਕੋਲ ਜਿਹੜੇ ਬੰਦਿਆਂ ਦੀ ਲਿਸਟ ਆਈ ਹੋਈ ਹੈ ਇਸ ਘਟਨਾ ਤੋਂ ਬਾਅਦ, ਦੋ ਤਿੰਨ ਬੰਦਿਆਂ ਦੀ ਹੋਰ ਨਵੀਂ ਲਿਸਟ ਆਈ ਸੀਗੀ। ਅੱਜ ਹੀ ਸਵੇਰੇ ਸਾਡੇ ਇੱਥੇ ਜ਼ੋਮੈਟੋ ਕਰਕੇ ਬੜੇ ਮਸ਼ਹੂਰ ਨੇ ਸਿੰਘ, ਉਹਨਾਂ ਦਾ ਅਕਾਊਂਟ ਹੈਗਾ ਬਾਬਾ ਜ਼ੋਮੈਟੋ ਕਰਕੇ ਮਸ਼ਹੂਰ ਨੇ, ਉਹਨਾਂ ਨੇ ਵੀ ਕੁਛ ਇੱਦਾਂ ਦੇ ਟਿੱਪਣੀ ਜਾਂ ਇੱਦਾਂ ਦੇ ਕੁਛ ਉਹਨਾਂ ਦੇ ਵੱਲੋਂ ਵਲੌਗਸ ਬਣੇ ਆ ਜਿਹਦੇ 'ਤੇ ਇਤਰਾਜ਼ ਸੀਗਾ। ਜਦੋਂ ਅਸੀਂ ਉਹਨਾਂ ਨੂੰ ਅਪਰੋਚ ਕੀਤਾ ਉਹਨਾਂ ਨੇ ਤੁਰੰਤ ਉਸ ਇਤਰਾਜ਼ ਦੇ ਉੱਤੇ ਆਪਣੀ ਸਹਿਮਤੀ ਜਤਾਈ ਹੈ ਅਤੇ ਆਪਣੇ ਅਕਾਊਂਟ ਦੇ ਵਿੱਚ ਉਹ ਚੀਜ਼ਾਂ ਨੂੰ ਹਟਾ ਦਿੱਤਾ ਉਹਨਾਂ ਨੇ, ਜਿਹਦੇ ਉੱਤੇ ਸਾਡੇ ਜਿਹੜੇ ਸਾਥੀ ਸੀਗੇ ਕੱਲ੍ਹ ਜਸਵੀਰ ਸਿੰਘ ਜੀ ਨਿਹੰਗ ਸਿੰਘ, ਉਹਨਾਂ ਨੇ ਉਹਦੇ 'ਤੇ ਕਲੈਰਿਟੀ ਦਿੱਤੀ ਹੈ ਕਿ ਅਸੀਂ ਉਸ ਬੰਦੇ ਨੂੰ ਅਪਰੋਚ ਕੀਤਾ, ਆਪਣਾ ਨੰਬਰ ਪਾਇਆ, ਉਸ ਬੰਦੇ ਨੇ ਸਾਨੂੰ ਤੁਰੰਤ ਫੋਨ ਕਰਕੇ ਆਪਣਾ ਸਪਸ਼ਟੀਕਰਨ ਦਿੱਤਾ, ਦੁਬਾਰਾ ਉਹ ਘਟਨਾ ਨਾ ਹੋਵੇ ਉਹ 'ਤੇ ਉਹਨਾਂ ਨੇ ਆਸ਼ਵਾਸਨ ਦੇ ਕੇ ਉਹ ਆਪਣੇ ਅਕਾਊਂਟ ਦੇ ਵਿੱਚੋਂ ਚੀਜ਼ਾਂ ਹਟਾ ਦਿੱਤੀਆਂ। ਇਹੀ ਕੰਮ ਅਸੀਂ ਇਹਨਾਂ ਨਾਲ ਕਰਨਾ ਚਾਹੁੰਦੇ ਸੀਗੇ, ਕਿ ਹੁਣ ਤੁਸੀਂ ਇਹ ਚਾਹੁੰਦੇ ਸੀ ਕਿ ਇਹ ਡਿਲੀਟ ਕਰ ਦੇਣੇ ਚੀਜ਼ਾਂ, ਫਿਰ ਮਸਲਾ ਹੱਲ ਹੋ ਜਾਣਾ। ਅਸੀਂ ਚਾਹੁੰਦੇ ਹਾਂ ਕਿ ਇਹਦੇ ਕੋਲ ਜਦੋਂ ਇਦਾਂ ਦਾ ਵਾਇਰਲ ਕਰਨ ਵਾਲਾ ਪਿਆ ਹੋਇਆ, ਜਿਹੜਾ ਇਹਨੇ ਸੋਸ਼ਲ ਮੀਡੀਆ ਤੇ ਵੀ ਤੇ ਪੋਡਕਾਸਟ ਵੀ ਕਿਹਾ ਕਿ ਮੇਰੀਆਂ ਹੋਰ ਵੀਡੀਓ ਵੀ ਹੋ ਸਕਦੀਆਂ ਨੇ, ਇਹ ਪੰਥ ਦੀ ਕਚਹਿਰੀ ਜਾ ਕੇ ਜਾਂ ਜਿਹੜੀਆਂ ਇਹ ਸਾਡੇ ਕਾਨੂੰਨੀ ਅਦਾਰੇ ਉਹਨਾਂ 'ਚ ਆ ਕੇ ਇਹ ਚੀਜ਼ ਨੂੰ ਕਲੀਅਰ ਕਰੇ ਕਿ ਇਹਦੇ ਕੋਲ ਕੀ ਕੀ ਇਦਾਂ ਦਾ ਹੈ, ਕੀ ਕਰਨਾ ਚਾਹੁੰਦਾ ਆ। ਇਸ ਬੰਦੇ ਦਾ ਕੀ ਮਜਬੂਰੀ, ਕੀ ਕਾਰਨ ਹੈਗਾ ਕਿ ਇਹ ਜ਼ਬਰਦਸਤੀ ਆਪਣੇ ਸਿਰ ਦੇ ਉੱਤੇ ਜਿਹੜੀ ਪੱਗ ਬੰਨ ਕੇ ਸਿੱਖਾਂ ਨੂੰ ਬਦਨਾਮ ਕਰਦਾ? ਸਾਨੂੰ ਤਾਂ ਇਸ ਚੀਜ਼ ਤੇ ਇਤਰਾਜ਼ ਹੈ ਨਾ, ਸਾਨੂੰ ਸਿਰਫ ਸਾਡੀ ਆਈਡੈਂਟੀ ਜਿਹੜੀ ਯੂਜ਼ ਕਰਦਾ ਉੱਤੇ ਇਤਰਾਜ਼ ਹੈ। ਆਈਡੈਂਟੀ ਛੱਡ ਕੇ ਜੋ ਮਰਜ਼ੀ ਕਰੇ, ਚਾਹੇ ਸੜਕ ਤੇ ਨੰਗਾ ਹੋ ਕੇ ਨੱਚੇ, ਅਸੀਂ ਕੋਈ ਇਤਰਾਜ਼ ਨਹੀਂ ਕਰਦੇ, ਬਿਲਕੁਲ ਕਲੀਅਰ ਹੈ ਜੀ ਗੱਲਾਂ। ਚਲੋ ਹੁਣ ਤੁਸੀਂ 2 ਦਿਨ ਦਾ ਸਮਾਂ ਮਿਲਿਆ ਹੈਗਾ ਵਾ, ਕਿ ਅਗਰ ਕੋਈ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਕਿ ਫਿਰ ਤੁਸੀਂ ਫਿਰ ਗੱਲਬਾਤ ਦਾ ਕੱਢੋਗੇ ਰਾਹ ਜਾਂ ਫਿਰ ਅਗਲੀ ਕੋਈ ਹੋਰ ਕਾਰਵਾਈ? ਦੇਖੋ, ਅਸੀਂ ਕੋਈ ਵੀ ਕਾਰਵਾਈ ਕਰਨ ਦੇ ਲਈ ਯਤਨਸ਼ੀਲ ਹਾਂ, ਅਸੀਂ ਕਿਸੇ ਚੀਜ਼ ਤੋਂ ਢਿੱਲ ਨਹੀਂ ਵਰਤਦੇ। ਸਾਨੂੰ ਆਸ਼ਵਾਸਨ ਦਵਾਇਆ ਪੁਲਿਸ ਨੇ ਕਿ 2 ਦਿਨ ਦਾ ਸਮਾਂ ਦਿਓ, ਅਸੀਂ ਨੂੰ ਬੰਦੇ ਦਾ ਪੁੱਤ ਬਣਾਉਂਦੇ ਹਾਂ, ਜੇ ਉਧਰੋਂ ਨਹੀਂ ਬਣਦਾ ਫਿਰ ਅਸੀਂ ਬਣਾਵਾਂਗੇ ਜੀ। ਬਿਲਕੁਲ, ਤੇ ਗੱਲਬਾਤ ਕੀਤੀ ਹੈਗੀ, ਉਹਨਾਂ ਦਾ ਕਹਿਣਾ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ, ਸਿਰਫ ਆਪਣਾ ਸਿੱਖੀ ਰੂਪ ਛੱਡ ਦੇਵੇ, ਉਸ ਤੋਂ ਬਾਅਦ ਉਹ ਜੋ ਵੀ ਕਰਦਾ ਵਾ ਸਾਨੂੰ ਉਸ 'ਤੇ ਕੋਈ ਵੀ ਇਤਰਾਜ਼ ਨਹੀਂ ਹੈਗਾ। ਕੈਮਰਾਮੈਨ ਰਾਹੁਲ ਦੇ ਨਾਲ ਮੈਂ ਰਾਘਵ ਜੈਨ, ਨਿਊਜ਼ 18 ਪੰਜਾਬ, ਜਲੰਧਰ।